ਵਾਹਿ ਵਬਰਕਾਤ ਅੱਜ ਮੈਂ ਤੁਹਾਨੂੰ 100 ਸਾਲ ਪੁਰਾਣੀ ਮਸਜਿਦ ਉਹ ਦਿਖਾਉਣਾ ਚਾਹ ਰਿਹਾ ਸੀ ਜਿਹੜੀ ਵਾਕਿਆ ਹੈ ਅਬਦੁੱਲਾਪੁਰ ਦੇ ਵਿੱਚ ਅਬਦੁੱਲਾਪੁਰ ਜਾਮਿਆ ਮਸਜਿਦ ਕਲਾਂ ਫਤਿਹਦੀਨ ਹੈ ਉਹਦਾ ਪੁਰਾਣਾ ਦਰਵਾਜ਼ਾ ਇਹ ਪੁਰਾਣੀ ਬਿਲਡਿੰਗ ਹੈਗੀ ਹੈ ਦੇਖ ਰਹੇ ਹੋ ਤੁਸੀਂ ਮਾਸ਼ਾਅੱਲਾ ਇਹਦੇ ਬਾਨੀ ਨੇ ਹਾਜੀ ਹਰਮੈਨ ਮੁਨਸ਼ੀ ਫਤਿਹਦੀਨ ਮਰਹੂਮ ਉਹਨਾਂ ਦੇ ਨਾਮ 'ਤੇ ਹੀ ਇਹ ਮਸਜਿਦ ਹੈ ਜਾਮਿਆ ਮਸਜਿਦ ਕਲਾਂ ਫਤਿਹਦੀਨ ਅਬਦੁੱਲਾਪੁਰ ਸ਼ੁਰੂ ਦੇ ਵਿੱਚ ਜਦੋਂ ਮਸਜਿਦ ਤਾਮੀਰ ਕੀਤੀ ਗਈ ਇਹ ਉਹਦਾ ਮੇਨ ਦਰਵਾਜ਼ਾ ਹੁੰਦਾ ਸੀ ਬਾਅਦ 'ਚੋਂ ਫਿਰ ਇਹ ਦਰਵਾਜ਼ਾ ਜਿਹੜਾ ਪੁਰਾਣੀ ਫਨੇ ਤਾਮੀਰ ਦੇਖ ਰਹੇ ਮਾਸ਼ਾਅੱਲਾ ਇਹ ਦਰਵਾਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਦੂਸਰਾ ਦਰਵਾਜ਼ਾ ਜਿਹੜਾ ਉਹਨੂੰ ਇਸਤੇਮਾਲ ਕੀਤਾ ਜਾ ਰਿਹਾ ਦਾਰੁਲ ਉਲੂਮ ਦੇ ਨਾਮ ਤੋਂ ਜਿਹੜਾ ਲਾਇਲਪੁਰ ਆਰਟਿਕ ਫਾਊਂਡੇਸ਼ਨ ਹੈ ਉਹਨਾਂ ਨੇ ਲਗਾਇਆ ਸੀ ਇਹ ਕਤਬਾ ਦੇਖ ਰਹੇ ਹੋ ਪੁਰਾਣੀ ਮਸਜਿਦ ਮਾਸ਼ਾਅੱਲਾ ਸੁਬਹਾਨ ਅੱਲਾਹ ਵਾ ਬਿਹਮਦਿਹੀ ਸੁਬਹਾਨ ਅੱਲਾਹ ਖਜੂਰ ਦਾ ਔਰ ਬੋਰਡ ਦਾ ਬਰਗਰ ਦਾ ਦਰਖਤ ਮਾਸ਼ਾਅੱਲਾ ਇਹ ਵਿਊ ਤਰੀਖੀ ਸਾਰੀ ਇਮਾਰਤ ਹੈ ਦੇਖ ਰਹੇ ਹੋ ਮਾਸ਼ਾਅੱਲਾ ਸਦਰ ਮਦਾਰਸ ਇਹ ਉਹਨਾਂ ਦਾ ਦਫ਼ਤਰ ਹੁੰਦਾ ਸੀ ਕਿਸੇ ਜ਼ਮਾਨੇ ਦੇ ਅੰਦਰ ਇਹ ਜਿਹੜੀ ਖੂਹੀ ਜਿਹੀ ਨਜ਼ਰ ਆ ਰਹੀ ਤੁਹਾਨੂੰ ਹੈ ਉੱਪਰ ਜਿਹਦਾ ਥੋੜ੍ਹਾ ਜਿਹਾ ਮੂੰਹ ਹੈ ਇੱਥੇ ਕੂਆਂ ਹੁੰਦਾ ਸੀ ਫਿਰ ਵਕਤ ਦੇ ਨਾਲ ਨਾਲ ਤਰੱਕੀ ਹੋਈ ਔਰ ਪਾਣੀ ਵਾਸ ਕੇ ਟੈਂਕੀ ਦੂਸਰੀ ਲਗਾ ਦਿੱਤੀ ਗਈ ਖੂਹ ਹੁੰਦਾ ਸੀ ਇੱਥੇ ਪੁਰਾਣਾ ਫਨੇ ਤਾਮੀਰ ਮਾਸ਼ਾਅੱਲਾ ਆਇਤਲ ਕੁਰਸੀ ਲਿਖੀ ਹੋਈ ਹੈ ਇਹ ਦਰਵਾਜ਼ਾ ਜਿਹੜਾ ਐਂਟਰੈਂਸ ਹੈ ਪੁਰਾਣੀ ਬਾਕੀ ਮਸਜਿਦ ਤਾਮੀਰ ਹੋ ਚੁੱਕੀ ਹੋਈ ਹੈ 100 ਸਾਲ ਬਾਅਦ ਇਹ ਤਾਮੀਰ ਕੀਤੀ ਗਈ ਸੀ ਮੈਂ ਕਿਹਾ ਨਮਾਜ਼ ਅਦਾ ਕੀਤੀ ਸੀ ਇੱਥੇ ਮੈਂ ਕਿਹਾ ਮੈਂ ਦੋਸਤਾਂ ਨੂੰ ਵੀ ਦਿਖਾਵਾਂ ਆਪਣੇ ਦੇਖਣ ਵਾਲਿਆਂ ਨੂੰ ਮਾਸ਼ਾਅੱਲਾ ਪੁਰਾਣਾ ਫਨੇ ਤਾਮੀਰ ਹੈ ਬੜੀ ਰੂਹ ਨੂੰ ਤਸਕੀਨ ਮਿਲਦੀ ਇੱਥੇ ਅਬਦੁੱਲਾਪੁਰ ਦੇ ਵਿੱਚ ਵਾਕਿਆ ਹੈ ਜਾਮਿਆ ਮਸਜਿਦ ਕਲਾਂ ਫਤਿਹਦੀਨ ਮੈਂ ਤੁਹਾਨੂੰ ਇਹਦੇ ਹੋਰ ਵੀ ਦਿਖਾਉਂਦਾ ਵਾਂ ਹਿੱਸੇ ਜਿਹੜੇ ਟੋਟਲ ਤੁਸੀਂ ਦੇਖ ਰਹੇ ਹੋ ਸਾਰਾ ਕੰਮ ਜਿਹੜਾ ਹੋਇਆ ਤਾਰੀਖੀ ਜਿੱਦਾਂ ਕਿਲ੍ਹੇ ਮੁਗਲ ਬਾਦਸ਼ਾਹ ਜਿਹੜੇ ਉਹਨਾਂ ਨੇ ਇਹ ਕੰਮ ਕਰਵਾਏ ਮੈਂ ਛੱਤ ਤੋਂ ਇੱਕ ਤੁਹਾਨੂੰ ਓਵਰਵਿਊ ਦਿਖਾਉਣਾ ਚਾਹ ਰਿਹਾ ਸੀ ਮਸਜਿਦ ਬਹੁਤ ਵੱਡੀ ਮਾਸ਼ਾਅੱਲਾ ਮਸਜਿਦ ਹੈ ਅਬਦੁੱਲਾਪੁਰ ਦੀ ਵੱਡੀ ਮਸਜਿਦ ਹੈ ਮਾਸ਼ਾਅੱਲਾ ਬੜੇ ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਅੱਲਾਹ ਦੇ ਘਰਾਂ ਨੂੰ ਆਬਾਦ ਕਰਦੇ ਨੇ ਪੰਜ ਵਕਤ ਦੀ ਅਜ਼ਾਨ ਇਹਨਾਂ ਸਪੀਕਰਾਂ ਤੋਂ ਜਦੋਂ ਗੂੰਜਦੀ ਹੈ ਅਤੇ ਮੋਮਿਨੀਨ ਦੇ ਕੰਨਾਂ ਨੂੰ ਬੜਾ ਮੁਅੱਤਰ ਕਰਦੀ ਆਵਾਜ਼ ਹੈ ਅੱਲਾਹੁ ਅਕਬਰ ਅੱਲਾਹੁ ਅਕਬਰ
اشهد ان لا اله الا الله، اشهد ان لا اله الا الله، اشهد ان محمد رسول الله، اشهد ان محمد رسول الله. هيا على الصلاه، هيا على الصلاه، هيا على الفلاح، هيا على الفلاح. الله اكبر، الله اكبر، لا اله الا الله. مسجد نال ملحقہ قبرستان ہے، مفتی یونس صاحب مرحوم ہے، انہاں دی مزار اقدس ہے، لکھیا مفتی یونس صاحب. اللہ تعالیٰ تمام جڑے مرحومین نے انہاں نو جنت الفردوس دے اندر اعلیٰ مقام عطا فرمائے. اے الحاج میاں محمد فتح اللہ متولی، اے انہاں دی قبر مبارک ہے، اے مسجد، اے جڑی قبر مرکز ہے گا، اے جنہاں دے نام تے عبداللہ پور بنیا، حافظ عبداللہ الحاج، اے والد نے منشی فتح دین رحمکم اللہ دے، اے موجودہ جڑے متولی نے انہاں دے والد محترم میاں یاسین، اے انہاں دی قبر مسجد دا مین انٹرنس ہے.